ਤੁਸੀਂ ਦੇਖ ਰਹੇ ਹੋ ਪੰਜਾਬ ਹਰਿਆਣਾ ਲਾਈਵ ਨਿਊਜ਼। ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਸਰਦਾਰ ਰਾਜਪੂਤਾਂ ਵਿਖੇ, ਜਿੱਥੇ ਕਿ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਸਪੋਰਟਸ ਕਲੱਬ ਸਰਦਾਰ ਰਾਜਪੂਤਾਂ ਵੱਲੋਂ ਜਿਹੜਾ ਦੂਸਰਾ ਪਿੰਡ ਪੱਧਰ 'ਤੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਹ ਕ੍ਰਿਕਟ ਟੂਰਨਾਮੈਂਟ NRI ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਕਰਵਾਇਆ ਗਿਆ। ਇਹ ਕ੍ਰਿਕਟ ਟੂਰਨਾਮੈਂਟ 21 ਅਗਸਤ ਨੂੰ ਜਿਹੜਾ ਇਹ ਚਾਲੂ ਹੋਇਆ ਸੀ ਅਤੇ 30 ਅਗਸਤ ਨੂੰ ਜਿਹੜਾ ਇਸ ਦੇ ਫਾਈਨਲ ਮੈਚ ਹੋਏ, ਜਿਸ ਵਿੱਚ ਕੁੱਲ 32 ਟੀਮਾਂ ਜਿਹੜੇ ਉਹ ਭਾਗ ਲਏ। ਪਹਿਲੇ ਸਥਾਨ 'ਤੇ ਜਿਹੜੀ ਆਉਣ ਵਾਲੀ ਟੀਮ ਸੀ ਉਹ ਨੰਗਲੀ ਗੁਰੂ ਦੀ ਅਤੇ ਦੂਸਰੇ ਸਥਾਨ 'ਤੇ ਸਰਦਾਰ ਰਾਜਪੂਤਾਂ ਦੀ ਟੀਮ ਨੇ ਜਿਹੜਾ ਉਹ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਵਿੱਚ ਬਾਬਾ ਗੇਜਾ ਸਿੰਘ ਜੀ ਨੇ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ। ਬਾਬਾ ਗੇਜਾ ਸਿੰਘ ਜੀ ਬਾਬਕਾਲ ਸਾਹਿਬ ਵਾਲਿਆਂ ਨੂੰ ਪਿੰਡ ਵਿੱਚ ਪਹੁੰਚੇ ਅਤੇ ਪਿੰਡ ਵਾਲਿਆਂ ਵੱਲੋਂ ਸਰੋਪਾ ਦੇ ਕੇ ਜਿਹੜਾ ਉਹ ਸਨਮਾਨਿਤ ਕੀਤਾ ਗਿਆ। ਪਿੰਡ ਨਗਲੀ ਦੀ ਟੀਮ ਨੂੰ 11,000 ਨਗਦ ਅਤੇ ਪਲੱਸ ਟਰੋਫੀ ਦੇ ਕੇ ਜਿਹੜਾ ਸਨਮਾਨਿਤ ਕੀਤਾ ਗਿਆ। ਦੂਸਰੇ ਪਾਸੇ ਪਿੰਡ ਸਰਦਾਰ ਰਾਜਪੂਤਾਂ ਦੀ ਟੀਮ ਨੂੰ 9,000 ਨਗਦ ਪਲੱਸ ਟਰੋਫੀ ਦੇ ਕੇ ਜਿਹੜਾ ਸਨਮਾਨਿਤ ਕੀਤਾ ਗਿਆ। ਪਿੰਡ ਦੇ ਪਤਵੰਤੇ ਸੱਜਣਾਂ ਨੂੰ ਜਿਹੜਾ ਉਹ ਸ਼ੀਲਡਾਂ ਦੇ ਕੇ ਜਿਹੜਾ ਉਹ ਸਨਮਾਨਿਤ ਕੀਤਾ ਗਿਆ। NRI ਵੀਰਾਂ ਵੱਲੋਂ ਜਿਹੜਾ ਉਹ ਪਿੰਡ ਦੇ ਮੁੱਖ ਮਹਿਮਾਨ ਜਿਹੜੇ ਪਿੰਡ ਦੇ ਮੁੱਖ ਪਤਵੰਤੇ ਸੱਜਣ ਨੇ ਉਹਨਾਂ ਨੂੰ ਸ਼ੀਲਡਾਂ ਦੇ ਕੇ ਜਿਹੜਾ ਉਹ ਸਨਮਾਨਿਤ ਕੀਤਾ ਗਿਆ। ਮੈਨ ਆਫ ਦੀ ਸੀਰੀਜ਼ ਨਾਲ ਟਰਾਫੀ ਨਾਲ 2100 ਰੁਪਏ। ਮੰਨੇ ਵੀਰ ਬਹੁਤ ਤਕੜਾ ਖੇਡਿਆ ਤੂੰ ਯਾਰ। ਮੈਨ ਆਫ ਦੀ ਮੈਚ ਵਿਨਰ ਹਮੇਸ਼ਾ ਜੇਤੂ ਟੀਮ ਚੋਂ ਮੈਨ ਆਫ ਦੀ ਮੈਚ ਮੰਨਾ ਸੀ ਪਰ ਇਹ ਵੀਰਾਂ ਨੇ ਬਹੁਤ ਵਧੀਆ ਅੰਪਾਇਰੀ ਕੀਤੀ ਫਾਈਨਲ ਮੈਚ। ਸਤਿ ਸ਼੍ਰੀ ਅੰਕਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਕੀ ਨਾਮ ਹੈ ਆਪਣਾ? ਮੇਰਾ ਨਾਮ ਸੁਖਚੈਨ ਸਿੰਘ ਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕ੍ਰਿਕਟ ਟੂਰਨਾਮੈਂਟ ਦੂਸਰਾ ਪਿੰਡ ਪੱਧਰ ਤੇ ਕਰਵਾਇਆ ਜਾ ਰਿਹਾ, ਇਸ ਬਾਰੇ ਤੁਹਾਡਾ ਕੀ ਕਹਿਣਾ? ਮੇਰਾ ਇਹਦੇ ਨਾਲ ਬਹੁਤ ਜ਼ਿਆਦਾ ਹੀ ਸਹਿਮਤੀ ਹੈਗੀ ਕਿ ਇੱਕ ਬੱਚਿਆਂ ਵਾਸਤੇ ਬਹੁਤ ਹੀ ਚੰਗਾ ਰੁਝਾਨ ਹੈਗਾ। ਨਸ਼ਿਆਂ ਵਾਲੇ ਪਾਸਿਓਂ ਬੱਚੇ ਹਟ ਕੇ ਖੇਡ ਵਾਲੇ ਪਾਸੇ ਚੱਲਣਗੇ, ਜਿਹਦੇ ਵਿੱਚ ਆਪਣੀ ਵੀ ਇਹਨਾਂ ਦੀ ਤਰੱਕੀ ਆ, ਪਿੰਡ ਦੀ ਵੀ ਤਰੱਕੀ ਆ, ਦੇਸ਼ ਦੀ ਵੀ ਤਰੱਕੀ ਹੈਗੀ, ਕਿਉਂਕਿ ਬੱਚਿਆਂ ਵਾਸਤੇ ਇਹ ਬਹੁਤ ਹੀ ਵਧੀਆ ਫੀਲਡ ਆ ਆਪਣੇ ਆਪ ਨੂੰ ਵਿਖਾਉਣ ਦਾ। ਹੋਰ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਵੀਰਾਂ ਨੂੰ? ਮੈਂ ਨੌਜਵਾਨਾਂ ਵੀਰਾਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਵੱਧ ਚੜ੍ਹ ਕੇ ਸਪੋਰਟਸ ਦੇ ਵਿੱਚ ਹਿੱਸਾ ਲੈਣ। ਜਿਸ ਤਰ੍ਹਾਂ ਕਿ ਹੁਣ ਆਪਣਾ ਓਲੰਪਿਕ ਹੋ ਕੇ ਆਇਆ, ਉਹਦੇ ਵਿੱਚ ਵੇਖੋ ਜਿਹਨਾਂ ਬੱਚਿਆਂ ਨੇ ਭਾਗ ਲਿਆ ਉਹਨਾਂ ਨੂੰ ਕਿੱਥੋਂ ਤੱਕ ਸਰਕਾਰ ਨੇ ਔਰ ਜਨਤਾ ਨੇ ਚੁੱਕਿਆ ਹੈਗਾ। ਉਹ ਬੱਚੇ ਵੀ ਇਸੇ ਤਰ੍ਹਾਂ ਇਹਨਾਂ ਗਰਾਊਂਡਾਂ ਦੇ ਵਿੱਚੋਂ ਪ੍ਰੈਕਟਿਸ ਕਰਦੇ ਹੋਏ ਗਏ ਸੀਗੇ ਅਤੇ ਮੇਰੀ ਬੱਚਿਆਂ ਨੂੰ ਇਹੋ ਹੀ ਯਾਨੀ ਕਿ ਗਾਈਡ ਆ ਗਈ ਜਾਂ ਸਲਾਹ ਆ, ਬੱਚੇ ਆਪਣੀ ਸਦਭਾਵਨਾ ਨਾਲ ਇਸ ਗੇਮ ਨੂੰ ਖੇਡਣ ਔਰ ਉੱਪਰਲੀ ਮੰਜ਼ਿਲ ਤੱਕ ਲੈ ਕੇ ਜਾਣ ਆਪਣੀ ਗੇਮ ਨੂੰ। ਬਹੁਤ ਬਹੁਤ ਅੰਕਲ ਜੀ ਧੰਨਵਾਦ ਕਰਦੇ ਹਾਂ ਅਤੇ